सतनाम श्री वाहे गुरु साहिब जी दोहरा और दुर्गनी फौज साथ खानू सको पराए और तुर्कानी फौज साथ कर खानू सको पराए कौड़ा मल सिखां दी मदद लैण वास्ते सिखां दे कोल आया सिखां ने मदद करन वास्ते हामी भरी उस वास्ते कुछ शर्तां सिखां ने रखियां साडियां आ शर्तां सरकार पूरियां कर देवे ते कौड़ा मल जी तेरे मूह नूं असीं मदद कर देवांगे। कौड़ा मल ने एक गल कही खालसा जी शाह नवाज नूं जिंदिया फड़ के मीर मन्नू दे अगे पेश करना है ते सिख गल पलटाउंदे हुए कहन लगे नहीं कौड़ा मल जी असीं शाह नवाज नूं गिरफ्तार करके मीर मन्नू दे अगे नहीं पेश करांगे ਅਸੀਂ ਤੇ ਉਹਨੂੰ ਸੋਦਾ ਲਾਵਾਂਗੇ ਉਹਨੂੰ ਮਾਰ ਦੇਵਾਂਗੇ ਹਾਂ ਮਾਰਨ ਤੋਂ ਬਾਅਦ ਉਹਦਾ ਸਿਰ ਮੀਰ ਮੰਨੂ ਅੱਗੇ ਲੈ ਜਾ ਤੇ ਭਾਵੇਂ ਉਹਦਾ ਸਰੀਰ ਮੀਰ ਮੰਨੂ ਅੱਗੇ ਲੈ ਜਾ ਉਹਦੇ ਬਾਅਦ ਤੋਂ ਬਾਅਦ ਸਾਡਾ ਕੋਈ ਵਾਸਤਾ ਨਹੀਂ ਪਰ ਜੇ ਤੂੰ ਕਵੇ ਕਿ ਉਹਨੂੰ ਜਿੰਦਿਆ ਫੜ ਇਹ ਜਿਹੜਾ ਅਸੀਂ ਕੰਮ ਨਹੀਂ ਕਰਾਂਗੇ ਜੇ ਸਾਡੀ ਮਦਦ ਲੈਣੀ ਹੈ ਤਾਂ ਅਸੀਂ ਤੇ ਸ਼ਾਹ ਨਵਾਜ਼ ਨੂੰ ਮਾਰਾਂਗੇ ਮਾਰਨ ਤੋਂ ਬਾਅਦ ਤੁਸੀਂ ਜੋ ਮਰਜ਼ੀ ਉਹਦੇ ਸਰੀਰ ਦਾ ਕਰ ਸਕਦੇ ਜੇ ਪਰ ਜੇ ਕਹੋ ਕਿ ਜਿੰਦਿਆ ਫੜੋ ਇਹ ਜਿਹੜਾ ਸਾਨੂੰ ਮਨਜ਼ੂਰ ਨਹੀਂ ਜੇ ਤੁਸੀਂ ਮਦਦ ਕਰਾਉਣੀ ਹੈ ਤੇ ਵੇਖ ਲਵੋ ਅਸੀਂ ਮਦਦ ਕਰ ਦਿੰਦੇ ਹਾਂ ਤੇ ਜੇ ਨਹੀਂ ਕਰਵਾਉਣੀ ਤੇ ਤਾਂ ਵੀ ਤੁਸੀਂ ਵੇਖ ਲਓ ਕਿਉਂਕਿ ਅਸੀਂ ਤੇ ਆਪਣੇ ਦੁਸ਼ਮਣ ਨੂੰ ਮਾਰ ਹੀ ਲੈਣਾ ਹੈ ਅੱਜ ਨਹੀਂ ਤੇ ਭਲਕੇ ਉਹਨੇ ਸਾਡੇ ਅੜਿੱਕੇ ਆ ਹੀ ਜਾਣਾ ਹੈ। ਕੌੜਾ ਮੱਲ ਨੇ ਸਾਰੀ ਗੱਲ ਸੁਣੀ ਤੇ ਗੱਲ ਸੁਣਨ ਤੋਂ ਬਾਅਦ ਫਿਰ ਹਾਮੀ ਭਰ ਦਿੱਤੀ ਕਿ ਜਿਵੇਂ ਤੁਹਾਨੂੰ ਠੀਕ ਲੱਗੇ ਮੈਂ ਉਸੇ ਤਰੀਕੇ ਨਾਲ ਕਰ ਦੇਵਾਂਗਾ। ਇੱਧਰ ਕੌੜਾ ਮੱਲ ਜੀ ਨੇ ਸਾਰੀ ਗੱਲ ਆ ਕੇ ਮੀਰ ਮੰਨੂ ਨੂੰ ਦੱਸੀ ਹੈ। ਮੀਰ ਮੰਨੂ ਨੇ ਸਾਰੀਆਂ ਸ਼ਰਤਾਂ ਮੰਨੀਆਂ ਅਤੇ ਨਾਲ ਇਹ ਵੀ ਕਹਿ ਦਿੱਤਾ ਕਿ ਜਿਵੇਂ ਸਿੱਖਾਂ ਨੂੰ ਚੰਗਾ ਲੱਗੇ ਉਹ ਕਰ ਦੇਣ ਪਰ ਅੰਦਰ ਜਿਹੜੀ ਖੋਟ ਸੀ ਅੰਦਰ ਜਿਹੜਾ ਵਾ ਬੇਈਮਾਨੀ ਸੀ ਕਿਉਂਕਿ ਮੀਰ ਮੰਨੂ ਚਾਹੁੰਦਾ ਸੀ ਕਿ ਮੈਂ ਸ਼ਾਹ ਨਵਾਜ਼ ਨੂੰ ਆਪਣੇ ਹੱਥੀ ਮਾਰਾਂ ਆਪਣੇ ਹੱਥੀ ਉਹਨੂੰ ਮੈਂ ਸਜ਼ਾ ਦਵਾਂ ਇਸ ਗੱਲ ਦੀ ਉਹਨੇ ਅੰਦਰ ਖੋਟ ਰੱਖੀ ਪਰ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਫਿਰ ਵੀ ਸਿੱਖਾਂ ਦੀ ਮਦਦ ਲੈਣ ਵਾਸਤੇ ਮੀਰ ਮੰਨੂ ਨੇ ਬਾਹਰੀ ਤੌਰ ਤੇ ਹਾਂ ਕਰ ਦਿੱਤੀ ਕਿਉਂਕਿ ਅਕਸਰ ਮਨੁੱਖ ਅੰਦਰੋਂ ਹੋਰ ਹੁੰਦਾ ਹੈ ਤੇ ਬਾਹਰੋਂ ਹੋਰ ਹੁੰਦਾ ਹੈ। ਅੰਦਰ ਮਨੁੱਖ ਦੇ ਵਿਚਾਰ ਅੰਦਰ ਮਨੁੱਖ ਦੇ ਖਿਆਲ ਹੋਰ ਹੁੰਦੇ ਹਨ ਬਾਹਰੀ ਤੌਰ ਤੇ ਉਹਦਾ ਜੀਵਨ ਹੋਰ ਹੁੰਦਾ ਹੈ। ਸਤਿਗੁਰੂ ਜੀ ਨੇ ਇਸੇ ਕਰਕੇ ਬਾਣੀ ਵਿੱਚ ਇੱਕ ਬਚਨ ਵੀ ਕਿਹਾ ਹੈ ਲੋਕੀ 68 ਤੀਰਥ ਨਹਾਈ ਤੋ ਕੋ ਰਾਪਣ ਤਉ ਨਾ ਜਾਈ। ਕਹਿੰਦੇ ਲੋਕੀ ਨੂੰ ਭਾਵੇਂ 68 ਤੀਰਥਾਂ ਦਾ ਇਸ਼ਨਾਨ ਕਰਵਾ ਲਵੋ ਪਰ ਉਹਦੇ ਅੰਦਰ ਦੀ ਕੜੌਤਣ ਕਦੇ ਵੀ ਨਹੀਂ ਜਾਵੇਗੀ। ਬਾਹਰੀ ਤੌਰ ਤੇ ਉਹ ਸਾਫ਼ ਹੋ ਸਕਦੀ ਹੈ ਪਰ ਜੇ ਕਹੋ ਕਿ ਇਸ਼ਨਾਨ ਕਰਨਾ ਉਹਦੇ ਅੰਦਰ ਦੀ ਕੁੜੱਤਣ ਚਲੀ ਜਾਵੇਗੀ ਤਾਂ ਕਦੀ ਨਹੀਂ ਜਾਵੇਗੀ। ਇਸੇ ਤਰੀਕੇ ਨਾਲ ਮਨੁੱਖ ਦਾ ਸੁਭਾਅ ਹੈ ਬਾਹਰੀ ਤੌਰ ਤੇ ਭਾਵੇਂ ਜਿੰਨਾ ਆਪਣੇ ਆਪ ਨੂੰ ਮਰਜ਼ੀ ਕਹੀ ਜਾਵੇ ਮੈਂ ਸੁਧਰ ਗਿਆ ਹਾਂ ਜਾਂ ਮੈਂ ਧਰਮੀ ਬਣ ਗਿਆ ਹਾਂ ਜਾਂ ਨਿਵੀ ਜਾਵੇਗਾ। ਸਤਿਗੁਰੂ ਜੀ ਕਹਿੰਦੇ ਬਾਹਰੀ ਤੌਰ ਤੇ ਨਿਵਣ ਨਾਲ ਕਦੀ ਮਨੁੱਖ ਦੇ ਅੰਦਰ ਦੀ ਮਾੜੀ ਬਿਰਤੀ ਨਹੀਂ ਬਾਹਰ ਜਾਵੇਗੀ ਕਿਉਂਕਿ ਅੰਦਰ ਦੀ ਜਿਹੜੀ ਕੁੜੱਤਣ ਪਾਨ ਲੋਕੀ ਵਾਂਗੂ ਮਾੜੇ ਖਿਆਲ ਜਿਹੜੇ ਹਨ ਬੇਈਮਾਨੀ ਸਾਂਭ ਕੇ ਬੈਠਾ ਹੈ ਉਹ ਬਾਹਰੀ ਤੌਰ ਤੇ ਭਾਵੇਂ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਪਰ ਉਹ ਜੋ ਪਰਮਾਤਮਾ ਜਿਸ ਨੇ ਸਾਰਿਆਂ ਨੂੰ ਪੈਦਾ ਕੀਤਾ ਹੈ ਉਹ ਪਰਮਾਤਮਾ ਮਨੁੱਖ ਦੇ ਅੰਦਰ ਦੇ ਸਾਰੀ ਬਿਰਤੀ ਨੂੰ ਜਾਣਦਾ ਹੈ। ਇਸੇ ਤਰੀਕੇ ਨਾਲ ਮੀਰ ਮੰਨੂ ਹੁਣ ਭਾਵੇਂ ਬਾਹਰੀ ਤੌਰ ਤੇ ਕਹਿ ਰਿਹਾ ਹੈ ਕਿ ਮੈਂ ਮਦਦ ਕਰ ਦੇਣ ਪਰ ਅੰਦਰੋਂ ਇਹਦੇ ਮਨ ਦੇ ਵਿੱਚ ਇਹ ਹੈ ਕਿ ਮੈਂ ਸ਼ਾਹ ਨਵਾਜ਼ ਨੂੰ ਜਿੰਦਿਆ ਹੀ ਫੜਾਂ ਸ਼ਾਹ ਨਵਾਜ਼ ਨੂੰ ਆਪਣੇ ਹੱਥੀ ਸਜ਼ਾ ਦਵਾਂ। ਉਹਦੇ ਵਾਸਤੇ ਉਹਨੇ ਇੱਕ ਚਾਲ ਹੋਰ ਚੱਲ ਦਿੱਤੀ ਔਰ ਤੁਰਕਾਨੀ ਫੌਜ ਸਾਥ ਮੁਗਲ ਫੌਜ ਤੁਰਕਨ ਫੌਜ ਮੀਰ ਮੰਨੂ ਨੇ ਤਿਆਰ ਕੀਤੀ ਕੌੜਾ ਮੱਲ ਦੀ ਅਗਵਾਈ ਵਿੱਚ ਪਰ ਨਾਲ ਖਾਨੂ ਸਕੋ ਭਰਾ ਖਾਨ ਬਹਾਦਰ ਜਕਰੀਆ ਖਾਨ ਦਾ ਇੱਕ ਭਰਾ
ਉਹਨੂੰ ਵੀ ਜਿਹੜਾ ਖੜਾ ਕਰ ਦਿੱਤਾ ਆਪਣੇ ਵੱਲੋਂ ਜਰਨੈਲ ਬਣਾ ਕੇ ਉਹਨੂੰ ਇਸ ਗੱਲਾਂ ਦੇ ਵਿੱਚ ਲੈ ਆਉਂਦਾ ਕਿ ਤੇਰੇ ਭਰਾ ਨੇ ਤੈਨੂੰ ਜਿਹੜਾ ਗੱਦੀ ਨਹੀਂ ਦਿੱਤੀ ਸਗੋਂ ਆਪਣੇ ਪੁੱਤਰਾਂ ਨੂੰ ਦੇ ਦਿੱਤੀ ਹੈ, ਤੈਨੂੰ ਗੱਦੀ ਵੱਲੋਂ ਵਾਂਝਾ ਰੱਖਿਆ, ਤੈਨੂੰ ਨਵਾਬੀ ਨਹੀਂ ਦਿੱਤੀ, ਤੂੰ ਕੌਣ ਸ਼ਾਹਨਵਾਜ਼ ਨੂੰ ਮਾਰ ਦੇ ਤੇ ਤੈਨੂੰ ਮੁਲਤਾਨ ਦਾ ਮੈਂ ਨਵਾਬ ਬਣਾ ਦੇਵਾਂਗਾ। ਭਾਵ ਕਿ ਇਹ ਲਾਲਚ ਦੇ ਕੇ ਮੀਰ ਮੰਨੂ ਨੇ ਜਕਰੀਆ ਖਾਨ ਦੇ ਭਰਾ ਨੂੰ ਆਪਦੇ ਪੁੱਤਰ ਦੇ ਖਿਲਾਫ ਜਿਹੜਾ ਖੜਾ ਕਰ ਦਿੱਤਾ। ਆਗੇ ਫੜੋ ਤੂੰ ਸੋ ਕਰਿਓ ਸ਼ਾਹ ਨਵਾਜ਼ੈ ਵਾਏ। ਤੇ ਮੀਰ ਮੰਨੂ ਨੇ ਇਹ ਵੀ ਗੱਲ ਕਹਿ ਦਿੱਤੀ ਜਕਰੀਆ ਖਾਨ ਦੇ ਭਰਾ ਨੂੰ ਕਿ ਤੂੰ ਜਿਹੜਾ ਵਾ ਉਹ ਸ਼ਾਹ ਨਵਾਜ਼ ਨੂੰ ਜਿੰਦਿਆ ਫੜ ਕੇ ਮੇਰੇ ਅੱਗੇ ਪੇਸ਼ ਕਰਨਾ ਹੈ, ਕਿਉਂਕਿ ਸਿੱਖ ਚਾਹੁੰਦੇ ਹਨ ਕਿ ਮਾਰ ਦਿੱਤਾ ਜਾਵੇ। ਤੇ ਕੌੜਾ ਮੱਲ ਇਸ ਦੀ ਹਾਮੀ ਭਰਦਾ ਹੈ ਕਿ ਹਾਂ ਜਿੱਦਾਂ ਤੁਹਾਨੂੰ ਚੰਗਾ ਲੱਗੇ, ਪਰ ਮੀਰ ਮੰਨੂ ਨਹੀਂ ਚਾਹੁੰਦਾ ਕਿ ਸਿੱਖ ਜਿਹੜੇ ਉਹ ਸ਼ਾਹਨਵਾਜ਼ ਨੂੰ ਮਾਰਨ, ਸ਼ਾਹਨਵਾਜ਼ ਨੂੰ ਜਿੰਦਿਆਂ ਫੜਨ ਵਾਸਤੇ ਜਕਰੀਆ ਖਾਨ ਦੇ ਭਰਾ ਨੂੰ ਕਹਿ ਦਿੱਤਾ ਹੈ ਕਿ ਤੂੰ ਜੰਗ ਦੇ ਮੈਦਾਨ ਵਿੱਚ ਸ਼ਾਹਨਵਾਜ਼ ਨੂੰ ਸਿੱਖਾਂ ਦੇ ਹਵਾਲੇ ਨਹੀਂ ਆਉਣ ਦੇਣਾ, ਕਾਬੂ ਨਹੀਂ ਆਉਣ ਦੇਣਾ ਜਾਂ ਅੜਿੱਕੇ ਨਹੀਂ ਆਉਣ ਦੇਣਾ, ਸਗੋਂ ਤੂੰ ਆਪਣੇ ਦਾ ਪੇਜ ਲਿਆ ਕੇ ਉਹਨੂੰ ਗ੍ਰਿਫਤਾਰ ਕਰਕੇ ਮੇਰੇ ਅੱਗੇ ਪੇਸ਼ ਕਰ, ਮੈਂ ਉਹਨੂੰ ਖੁਦ ਮਾਰਾਂਗਾ ਅਤੇ ਮੁਲਤਾਨ ਦੀ ਨਵਾਬੀ ਮੁਲਤਾਨ ਦੀ ਜ਼ਿੰਮੇਵਾਰੀ ਮੁਲਤਾਨ ਦਾ ਇਲਾਕਾ ਮੈਂ ਤੇਰੇ ਹਵਾਲੇ ਕਰ ਦੇਵਾਂਗਾ। ਸ਼ਾਹਨਵਾਜ਼ ਜਬ ਸੂਬੋ ਤੋਂ ਹੋਇਓ, ਕਿਉਂਕਿ ਜਕਰੀਆ ਖਾਨ ਮਰਿਆ, ਜਕਰੀਆ ਖਾਨ ਨੇ ਮਰਨ ਦੇ ਨਾਲ ਜਹੀਆ ਖਾਨ ਉਹਦਾ ਪੁੱਤਰ ਲਾਹੌਰ ਦਾ ਨਵਾਬ ਬਣਿਆ, ਛੋਟਾ ਘੱਲੂ ਘਾਰਾ ਸਿੱਖਾਂ ਦੇ ਵਾਪਰਿਆ, ਸ਼ਾਹਨਵਾਜ਼ ਨੇ ਬਗਾਵਤ ਕਰਕੇ ਆਪਣੇ ਭਰਾ ਨੂੰ ਹਰਾ ਕੇ ਲਾਹੌਰ ਦੀ ਨਵਾਬੀ ਜਿਹੜੀ ਹਾਸਲ ਕਰ ਲਈ ਤੇ ਸ਼ਾਹਨਵਾਜ਼ ਨੂੰ ਲਾਹੌਰ ਵਿੱਚੋਂ ਕੱਢ ਦਿੱਤਾ। ਜਕਰੀਆ ਖਾਨ ਦੇ ਜਿਹੜਾ ਹੁਣ ਦੂਜਾ ਪੁੱਤਰ ਹੈ ਲਾਹੌਰ ਦਾ ਨਵਾਬ ਜਹੀਆ ਖਾਨ, ਜਹੀਆ ਖਾਨ ਜੇ ਜਹੀਆ ਖਾਨ ਨੂੰ ਕੱਢ ਕੇ ਸ਼ਾਹਨਵਾਜ਼ ਮੀਰ ਮੰਨੂ ਆਇਆ, ਉਹਨੇ ਆਪਣੀ ਤਾਕਤ ਦੇ ਨਾਲ ਸ਼ਾਹਨਵਾਜ਼ ਨੂੰ ਕੱਢ ਦਿੱਤਾ, ਲਾਹੌਰ ਦਾ ਨਵਾਬ ਬਣ ਗਿਆ। ਪਰ ਭਾਈ ਰਤਨ ਸਿੰਘ ਜੀ ਕਹਿੰਦੇ ਜਿਸ ਵਕਤ ਇਸਨੇ ਆਪਣੇ ਹੀ ਭਰਾ ਨੂੰ ਹਰਾ ਕੇ ਆਪ ਲਾਹੌਰ ਦਾ ਮਾਲਕ ਬਣ ਬੈਠਾ ਸ਼ਾਹਨਵਾਜ਼, ਜਦੋਂ ਇਹਨੇ ਸੂਬਾ ਸਾਂਭ ਲਿਆ, ਇਹਨੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਲਾਹੌਰ ਦਾ ਨਵਾਬ ਮੈਂ ਹਾਂ। ਲੁੱਟੇ ਕੁੱਟੇ ਤੇ ਸਭ ਉਹਨ ਕੋਹਿਓ, ਇਹਨੇ ਵੀ ਜਿਹੜਾ ਵਾ ਆਪਣੇ ਪਿਓ ਵਾਂਗੂ ਅਤੇ ਆਪਣੇ ਭਰਾ ਵਾਂਗੂ ਲੋਕਾਂ ਤੇ ਬੜਾ ਅਤਿਆਚਾਰ ਕੀਤਾ, ਲੋਕਾਂ ਤੇ ਬੜਾ ਜ਼ੁਲਮ ਕੀਤਾ, ਇਹਨੇ ਵੀ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ। ਸੋ ਮੀਰ ਮੰਨੂ ਨੇ ਦੀਏ ਚੜਾਏ, ਤੇ ਮੀਰ ਮੰਨੂ ਨੇ ਇਸ ਸ਼ਾਹਨਵਾਜ਼ ਨੂੰ ਫੜਨ ਵਾਸਤੇ ਜਾਂ ਮਾਰਨ ਵਾਸਤੇ ਫੌਜ ਚੜਾ ਦਿੱਤੀ ਹੈ। ਕੌੜਾ ਮੱਲ ਕੇ ਸਾਥ ਮਿਲਾਏ ਤੇ ਕੌੜਾ ਮੱਲ ਦੀ ਅਗਵਾਈ ਵਿੱਚ ਤੇ ਜਕਰੀਆ ਖਾਨ ਦੇ ਭਰਾ ਦੀ ਅਗਵਾਈ ਵਿੱਚ ਤੇ ਕੌੜਾ ਮੱਲ ਦੀ ਮਦਦ ਕਰਨ ਵਾਸਤੇ ਆਏ ਹਨ ਸਿੱਖ ਜੱਸਾ ਸਿੰਘ ਰਾਮ ਗੜੀਆ ਦੀ ਅਗਵਾਈ ਵਿੱਚ ਇਹ ਸਾਰੀ ਦੀ ਸਾਰੀ ਫੌਜ ਮੁਲਤਾਨ ਦੇ ਵੱਲ ਨੂੰ ਰਵਾਨਾ ਹੋਈ। ਜੰਗ ਭਰਿਓ ਦੋ ਤਰਫ ਜੋ ਦੋ ਫਤਿਹ ਤਕਾਏ। ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਦੋਵੇਂ ਧਿਰਾਂ ਮੁਲਤਾਨ ਦੀ ਧਰਤੀ ਤੇ ਆਮੋ ਸਾਹਮਣੇ ਹੋਈਆਂ ਹਨ। ਇੱਕ ਬੰਨੇ ਕੌੜਾ ਮੱਲ ਦੀ ਅਗਵਾਈ ਵਿੱਚ ਫੌਜ ਹੈ ਤੇ ਇੱਕ ਬੰਨੇ ਸ਼ਾਹਨਵਾਜ਼ ਦੀ ਅਗਵਾਈ ਵਿੱਚ ਫੌਜ ਹੈ ਤੇ ਦੋਵੇਂ ਫੌਜਾਂ ਦੇ ਵਿੱਚ ਜੰਗ ਜਿਹੜਾ ਉਹ ਸ਼ੁਰੂ ਹੋਇਆ, ਪਰ ਦੋਵੇਂ ਚਾਹੁੰਦੇ ਹਨ ਕਿ ਫਤਿਹ ਸਾਨੂੰ ਮਿਲੇ, ਕਿਉਂਕਿ ਹਰੇਕ ਦੀ ਇੱਛਾ ਹੁੰਦੀ ਹੈ ਕਿ ਮੈਂ ਜਿਹੜਾ ਜਿੱਤਾਂ, ਅਗਲੇ ਦੀ ਦੂਜੇ ਦੀ ਇੱਛਾ ਹੁੰਦੀ ਹੈ ਕਿ ਮੈਂ ਜਿੱਤਾਂ। ਪਰ ਜਿੱਤ ਦਾ ਉਹ ਹੁੰਦਾ ਹੈ ਜਿਹਦੇ ਕਰਮਾਂ ਵਿੱਚ ਪਰਮਾਤਮਾ ਨੇ ਜਿੱਤ ਲਿਖੀ ਹੋਈ ਹੈ, ਕਿਉਂਕਿ ਜ਼ੋਰ ਸਾਰੇ ਲਾਉਂਦੇ ਹਨ, ਜ਼ੋਰ ਆਪਣਾ ਦੋਵੇਂ ਸਾਰੀਆਂ ਦੋਵੇਂ ਧਿਰਾਂ ਜਮਾਉਂਦੀਆਂ ਹਨ। ਤੇ ਅੱਜ ਵੀ ਮਨੁੱਖ ਜਿਹੜਾ ਹੈ ਕਿਸੇ ਨਾਲ ਲੜ ਪਵੇ ਤੇ ਪੂਰਾ ਜ਼ੋਰ ਲਾਵੇਗਾ ਜਿੱਤਣ ਦਾ, ਅਗਲੇ ਨੂੰ ਹਰਾਉਣ ਦਾ, ਪਰ ਮੌਕੇ ਦੇ ਜਿਹਦਾ ਦਾ ਚੱਲ ਜਾਵੇ ਜਿੱਤ ਦਾ ਉਹ ਹੀ ਹੁੰਦਾ ਹੈ। ਜਕਰੀਆ ਖਾਨ ਦਾ ਭਰਾ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਮੈਂ ਹੁਣ ਸ਼ਾਹਨਵਾਜ਼ ਨੂੰ ਗ੍ਰਿਫਤਾਰ ਕਰਾਂ।
ਸਿੱਖ ਚਾਹੁੰਦੇ ਹਨ ਕਿ ਸ਼ਾਹ ਨਵਾਜ਼ ਨੂੰ ਮਾਰ ਦਿੱਤਾ ਜਾਵੇ ਤੇ ਸ਼ਾਹ ਨਵਾਜ਼ ਚਾਹੁੰਦਾ ਕਿ ਮੈਂ ਕੌੜਾ ਮਲ ਨੂੰ ਮਾਰ ਦਵਾਂ ਕਿਉਂਕਿ ਸ਼ਾਹ ਨਵਾਜ਼ ਨੂੰ ਪਤਾ ਹੈ ਕਿ ਜੇ ਕੌੜਾ ਮਲ ਮਰ ਗਿਆ ਤੇ ਕੌੜਾ ਮਲ ਦੀ ਫੌਜ ਭੱਜ ਜਾਣੀ ਹੈ ਤੇ ਸਿੱਖ ਜੇ ਇਕੱਲੇ ਵੀ ਰਹਿ ਜਾਣਗੇ ਤੇ ਉਹਨਾਂ ਨਾਲ ਮੈਂ ਮੁਕਾਬਲਾ ਸੌਖਾ ਕਰ ਸਕਦਾ ਹਾਂ। ਜਿਸ ਕਰਕੇ ਹੁਣ ਦੋਵੇਂ ਫੌਜਾਂ ਇੱਕ ਦੂਜੇ ਦੇ ਸਾਹਮਣੇ ਹਨ। ਜੰਗ ਪਰਿਓ ਦੋ ਤਰਫ ਦੋ ਫਤਿਹ ਤਕਾਏ, ਦੋਵਾਂ ਜ ਤਰਫਾਂ ਦੇ ਵਿੱਚ ਜੰਗ ਸ਼ੁਰੂ ਹੋਇਆ ਤੇ ਦੋਵੇਂ ਧਿਰਾਂ ਚਾਹੁੰਦੀਆਂ ਹਨ ਕਿ ਸਾਡੀ ਫਤਿਹ ਹੋਵੇ। ਸ਼ਾਹ ਨਵਾਜ਼ ਕੌੜਾ ਮਲ ਭਏ ਦੋਨੋਂ ਸਨਮੁਖ ਆਏ। ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਦੋਵੇਂ ਸੂਰਮੇ ਦੋਵਾਂ ਧਿਰਾਂ ਦੇ ਜਰਨੈਲ ਇੱਕ ਦੂਜੇ ਦੇ ਸਾਹਮਣੇ ਆਏ ਹਨ, ਇੱਕ ਦੂਜੇ ਦੇ ਸਨਮੁਖ ਹੋਏ ਹਨ। ਇੱਕ ਬੰਨੇ ਹੁਣ ਸ਼ਾਹ ਨਵਾਜ਼ ਹੈ ਤੇ ਦੂਜੇ ਬੰਨੇ ਕੌੜਾ ਮਲ ਇੱਕ ਦੂਜੇ ਦੇ ਸਾਹਮਣੇ ਹੋ ਕੇ ਇੱਕ ਦੂਜੇ ਨੂੰ ਵੰਗਾਰਦੇ ਹਨ। ਕਿਉਂ? ਕਿਉਂਕਿ ਜਦੋਂ ਇਹ ਦੋਵੇਂ ਸੂਰਮੇ ਇੱਕ ਦੂਜੇ ਦੇ ਸਾਹਮਣੇ ਹੁੰਦੇ ਹਨ ਤਾਂ ਇੱਕ ਬੰਨੇ ਉਹ ਵੰਗਾਰਿਆ ਜਾਂਦਾ ਹੈ ਕਿ ਤੂੰ ਪਹਿਲਾਂ ਵਾਰ ਕਰ ਜਾ, ਮੈਂ ਪਹਿਲਾਂ ਵਾਰ ਕਰਦਾ ਹਾਂ। ਇਸ ਤਰੀਕੇ ਨਾਲ ਪੁਰਾਤਨ ਸਮੇਂ ਵਿੱਚ ਜੰਗਾਂ ਹੁੰਦੀਆਂ ਸਨ ਕਿਉਂਕਿ ਮੌਕਾ ਦਿੱਤਾ ਜਾਂਦਾ ਸੀ, ਤੂੰ ਪਹਿਲਾਂ ਵਾਰ ਕਰ ਮੈਂ ਰੋਕਾਂਗਾ, ਮੁੜ ਕੇ ਮੈਂ ਵਾਰ ਕਰਾਂਗਾ ਉਹ ਤੂੰ ਰੋਕੇਗਾ। ਤੇ ਇਹ ਜਿਹੜਾ ਸਿਲਸਿਲਾ ਬੜਾ ਪੁਰਾਣਾ ਚੱਲਦਾ ਆ ਰਿਹਾ ਸਾਡੇ ਇਤਿਹਾਸ ਦੇ ਵਿੱਚ, ਖਾਸ ਕਰਕੇ ਗੁਰੂ ਸਾਹਿਬ ਜੀ ਨੇ ਵੀ ਇਹ ਜਿਹੜੇ ਮੌਕੇ ਦਿੱਤੇ ਹਨ ਦੁਸ਼ਮਣ ਨੂੰ, ਪਰ ਜਿਹੜੇ ਮੌਕੇ ਗੁਰੂ ਸਾਹਿਬ ਜੀ ਨੇ ਦਿੱਤੇ ਹਨ ਅੱਜ ਤੱਕ ਇਤਿਹਾਸ ਵਿੱਚ ਇੱਦਾਂ ਹੋਇਆ ਨਹੀਂ ਕਿ ਜਿਹੜਾ ਇੱਕ ਵਾਰੀ ਮੌਕੇ ਇੱਕ ਵਾਰੀ ਦੁਸ਼ਮਣ ਨੂੰ ਤਿੰਨ ਮੌਕੇ ਦਿੱਤੇ ਹੋਣ, ਕਿਉਂਕਿ ਰੇਤ ਇਹ ਚੱਲਦੀ ਹੁੰਦੀ ਸੀ ਇੱਕ ਵਾਰ ਤੇਰਾ ਤੇ ਇੱਕ ਵਾਰ ਮੇਰਾ। ਪਰ ਗੁਰੂ ਘਰ ਦੇ ਵਿੱਚ ਇੱਦਾਂ ਨਹੀਂ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਤੇ ਚੌਵਾਂ ਜੰਗਾਂ ਦੇ ਵਿੱਚ ਗੁਰੂ ਸਾਹਿਬ ਨੇ ਇਸ ਰੀਤ ਨੂੰ ਜਿਹੜਾ ਵਿਲੱਖਣ ਰੂਪ ਦੇ ਦਿੱਤਾ ਕਿਉਂਕਿ ਦੁਸ਼ਮਣ ਸਾਹਮਣੇ ਆਇਆ। ਇਸੇ ਧਰਤੀ ਦੀ ਆਪਾਂ ਗੱਲ ਕਰ ਲਈਏ, ਕਰਤਾਰਪੁਰ ਪੈਂਦੇ ਖਾਂ ਕਾਲੇ ਖਾਂ ਚੜ੍ਹ ਕੇ ਆਇਆ ਹੈ ਤੇ ਪੈਂਦੇ ਖਾਂ ਜਿਹੜਾ ਹੈ ਉਹ ਸਤਿਗੁਰੂ ਨੂੰ ਵੰਗਾਰਦਾ ਹੈ ਤੇ ਕਹਿੰਦਾ ਸਤਿਗੁਰੂ ਪਹਿਲਾ ਵਾਰ ਤੂੰ ਕਰ, ਤੇ ਸਤਿਗੁਰੂ ਕਹਿੰਦੇ ਨਹੀਂ ਪੈਂਦੇ ਖਾਂ, ਤੂੰ ਮੈਂ ਤੈਨੂੰ ਪਾਲਿਆ ਹੋਇਆ ਹੈ ਤਾਂ ਮੈਂ ਚਾਹੁੰਦਾ ਮੇਰਾ ਬੱਚਾ ਪਹਿਲਾ ਵਾਰ ਕਰੇ, ਪਹਿਲਾ ਵਾਰ ਤੂੰ ਕਰ। ਸਤਿਗੁਰੂ ਜੀ ਦੇ ਉੱਤੇ ਉਹਨੇ ਪਹਿਲਾ ਵਾਰ ਕੀਤਾ, ਸਤਿਗੁਰੂ ਜੀ ਨੇ ਇਸ ਚੀਜ਼ ਨੂੰ ਵਿਲੱਖਣ ਰੂਪ ਦਿੱਤਾ, ਕਹਿ ਦਿੱਤਾ ਦੂਜਾ ਵਾਰ ਕਰ, ਤੀਜਾ ਵਾਰ ਕਰ। ਭਾਵ ਕਿ ਸਤਿਗੁਰੂ ਨੇ ਆਪ ਵਾਰ ਦਾ ਜਵਾਬ ਨਹੀਂ ਦਿੱਤਾ, ਪਹਿਲਾਂ ਤਿੰਨ ਮੌਕੇ ਦਿੱਤੇ, ਜਦੋਂ ਤਿੰਨੇ ਮੌਕਿਆਂ ਨੂੰ ਸਤਿਗੁਰੂ ਜੀ ਨੇ ਫੇਲ ਕਰ ਦਿੱਤੇ ਫਿਰ ਸਤਿਗੁਰੂ ਜੀ ਆਪਣਾ ਵਾਰ ਕਰਦੇ ਹਨ ਤੇ ਕਹਿੰਦੇ ਪੈਂਦੇ ਖਾਂ ਵਾਰ ਇਸ ਤਰੀਕੇ ਨਾਲ ਨਹੀਂ, ਵਾਰ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ। ਭਾਵ ਕਿ ਗੁਰੂ ਘਰ ਦੇ ਵਿੱਚ ਇਸ ਰੀਤ ਨੂੰ ਵਿਲੱਖਣ ਰੂਪ ਦੇ ਦਿੱਤਾ, ਦੁਸ਼ਮਣ ਨੂੰ ਤਿੰਨ ਮੌਕੇ ਦੇ ਕੇ ਆਪ ਵਾਰ ਕਰਦੇ ਹਨ ਤੇ ਇਸ ਰੀਤ ਨੂੰ ਸਿੱਖਾਂ ਨੇ ਵੀ ਜਾਰੀ ਰੱਖਿਆ ਹੈ, ਸਿੱਖਾਂ ਨੇ ਵੀ ਇਸ ਚੀਜ਼ ਨੂੰ ਅਪਣਾਇਆ ਹੈ। ਪਰ ਅੱਜ ਤੱਕ ਇਤਿਹਾਸ ਵਿੱਚ ਇੱਦਾਂ ਹੋਇਆ ਨਹੀਂ ਸੀ ਕਿ ਦੁਸ਼ਮਣ ਨੂੰ ਤਿੰਨ ਮੌਕੇ ਦੇ ਕੇ ਆਪ ਵਾਰ ਕਰਨਾ, ਹਮੇਸ਼ਾ ਇਹ ਰੀਤ ਚੱਲਦੀ ਸੀ ਕਿ ਪਹਿਲਾ ਵਾਰ ਤੇਰਾ ਦੂਜਾ ਵਾਰ ਮੇਰਾ ਜਾਂ ਪਹਿਲਾ ਵਾਰ ਮੇਰਾ ਤੇ ਦੂਜਾ ਵਾਰ ਤੇਰਾ। ਹੁਣ ਇਸੇ ਤਰੀਕੇ ਨਾਲ ਕੌੜਾ ਮਲ ਤੇ ਸ਼ਾਹ ਨਵਾਜ਼ ਆਹਮੋ ਸਾਹਮਣੇ ਹੋਏ ਹਨ, ਇੱਕ ਦੂਜੇ ਦੇ ਸਾਹਮਣੇ ਹੋਏ ਹਨ ਤੇ ਦੋਵੇਂ ਜਾਣੇ ਇੱਕ ਦੂਜੇ ਨੂੰ ਸਾਹਮਣੇ ਹੋ ਕੇ ਵੰਗਾਰਦੇ ਹਨ। ਤੁਰਕ ਤੁਰਕ ਰਲ ਮਿਲ ਟਲ ਗਏ। ਸਿੱਖਾਂ ਨੇ ਇੱਕ ਗੱਲ ਨੂੰ ਵਿਚਾਰਿਆ ਸੀ ਜਿਸ ਵਕਤ ਜੱਸਾ ਸਿੰਘ ਰਾਮਗੜੀਆਂ ਨੂੰ ਤੋਰਨ ਲੱਗੇ ਸਨ ਕੌੜਾ ਮਲ ਦੀ ਮਦਦ ਵਾਸਤੇ। ਸਿੱਖਾਂ ਨੇ ਉੱਥੇ ਗੱਲ ਕਹੀ ਸੀ ਖਾਲਸਾ ਜੀ ਦੋਵਾਂ ਪ੍ਰਤ ਦੋਵੇਂ ਬੰਨੇ ਤੁਰਕ ਫੌਜਾਂ ਹਨ, ਖਿਆਲ ਰੱਖਣਾ ਇਹਨਾਂ ਦੀ, ਜਿਹੜਾ ਵਾ ਹੋ ਸਕਦਾ ਕਿ ਆਪਸ ਵਿੱਚ ਗੱਠਬੰਦੀ ਹੋ ਜਾਵੇ, ਜੋੜ ਹੋ ਜਾਵੇ ਤੇ ਤੁਹਾਡੇ ਖਿਲਾਫ ਇਹ ਖੁੱਲ ਹੋ ਜਾਣ, ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ। ਤੇ ਜਦੋਂ ਪਤਾ ਲੱਗਿਆ ਕਿ ਦੋਵੇਂ ਧਿਰਾਂ ਰਲ ਗਈਆਂ ਹਨ ਤਾਂ ਮੈਦਾਨੇ ਜੰਗ ਵਿੱਚ ਜਾਂ ਦੋਵਾਂ ਨੂੰ ਮਾਰ ਦੇਣਾ ਤਾਂ ਜਾਂ ਆਪ ਮਰ ਜਾਣਾ, ਪਿੱਛੇ ਜਿਹੜਾ ਵਾ ਖਾਲਸੇ ਨੇ ਮੁੜ ਕੇ ਨਹੀਂ ਆਉਣਾ। ਉਹ ਗੱਲ ਜਿਹੜੀ ਹੋਈ, ਭਾਈ ਰਤਨ ਸਿੰਘ ਜੀ ਕਹਿੰਦੇ ਤੁਰਕ ਤੁਰਕ ਰਲ ਮਿਲ ਟਲ ਗਏ। ਦੋਵੇਂ ਬੰਨੇ ਦੇ ਜਿਹੜੀਆਂ ਤੁਰਕ ਫੌਜਾਂ ਸਨ ਆਪਸ ਵਿੱਚ ਰਲ ਗਈਆਂ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜਿਹੜਾ ਕੌੜਾ ਮਾਲਕ ਹੈ ਇਹ ਹਿੰਦੂ ਪਰਿਵਾਰ ਵਿੱਚੋਂ ਹੈ, ਖੱਤਰੀ ਪਰਿਵਾਰ ਵਿੱਚੋਂ ਹੈ ਤੇ ਜੇ ਅਸੀਂ ਜਿੱਤ ਗਏ ਸ਼ੋਭਾ ਇਹਨੂੰ ਮਿਲਣੀ ਹੈ, ਸਾਨੂੰ ਤੇ ਜਿਹੜਾ ਵਾ ਮਨਮੀਰ ਮਨੂ ਨੇ ਕੁਝ ਦੇਣਾ ਹੀ ਨਹੀਂ,
ਜਿਸ ਕਰਕੇ ਇਹਨਾਂ ਨੇ ਆਪਸ ਵਿੱਚ ਗੱਠਬੰਦੀ ਕਰਕੇ ਜੋੜ ਕਰਕੇ ਤੁਰਕ ਫੌਜਾਂ ਆਪਸ ਵਿੱਚ ਰਲ ਗਈਆਂ ਤੇ ਇਹ ਸਲਾਹ ਕਰਨ ਲੱਗੀਆਂ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਮੀਰ ਕੌੜਾ ਮੱਲ ਨੂੰ ਮਰਵਾ ਦਈਏ। ਕੌੜਾ ਮੱਲ ਮਰ ਗਿਆ ਤੇ ਸਾਡਾ ਕੰਡਾ ਸਾਫ ਹੋ ਜਾਵੇਗਾ, ਫਿਰ ਜਿਹੜਾ ਵਾ ਸਾਡੇ ਲਿਬਾਸ ਤੇ ਜੇ ਜਿੱਤ ਵੀ ਜਾਵਾਂਗੇ ਜਾਂ ਲਹਾਰ ਵੀ ਜਾਵਾਂਗੇ ਫਿਰ ਸਾਨੂੰ ਕੋਈ ਜਿਹੜਾ ਵਾ ਖੁਸ਼ੀ ਗਮੀ ਨਹੀਂ ਹੋਵੇਗੀ। ਪਰ ਜੇ ਕੌੜਾ ਮੱਲ ਜਿੰਦਾ ਰਿਹਾ ਤੇ ਉਹਦੀ ਅਗਵਾਈ ਵਿੱਚ ਜਿੱਤ ਗਏ ਤੇ ਸਾਰੀ ਸ਼ੋਭਾ ਜਿਹੜੀ ਉਹ ਕੌੜਾ ਮੱਲ ਨੂੰ ਮਿਲ ਜਾਣੀ ਹੈ। ਕੌੜੇ ਹਿੰਦੂ ਤੁੜਾਵਤ ਚਾਹੇ, ਜੇ ਇਸ ਕਰਕੇ ਦੋਵਾਂ ਪਾਸਿਆਂ ਨੇ ਇਰਾਦਾ ਕਰ ਲਿਆ, ਇਹ ਸਲਾਹ ਕਰ ਲਈ ਕਿ ਇਹ ਜਿਹੜਾ ਹਿੰਦੂ ਪਰਿਵਾਰ ਦੇ ਨਾਲ ਰੱਖਣ ਵਾਲਾ ਕੌੜਾ ਮੱਲ ਹੈ ਇਹਨੂੰ ਜਿਹੜਾ ਪਾਸੇ ਲਾ ਦਿੱਤਾ ਜਾਵੇ, ਇਹਨੂੰ ਮਾਰ ਦਿੱਤਾ ਜਾਵੇ। ਤਬ ਕੌੜਾ ਮੱਲ ਕਰ ਗੁਰ ਆਸ। ਕੌੜਾ ਮੱਲ ਨੂੰ ਗੁਰੂ ਤੇ ਭਰੋਸਾ ਹੈ, ਖਾਲਸੇ ਤੇ ਭਰੋਸਾ ਹੈ ਤੇ ਜਦੋਂ ਇਸ ਗੱਲ ਦਾ ਪਤਾ ਲੱਗਾ ਕੌੜਾ ਮੱਲ ਨੂੰ ਕਿ ਇਹ ਜਿਹੜਾ ਬੇਹੁਣ ਦੋਵੇਂ ਧਿਰਾਂ ਰਲ ਗਈਆਂ ਹਨ ਤੇ ਮੈਨੂੰ ਹੀ ਮਾਰਨਾ ਚਾਹੁੰਦੀਆਂ ਹਨ, ਤੇ ਗੁਰੂ ਖਾਲਸੇ ਤੇ ਭਰੋਸਾ ਰੱਖ ਕੇ ਖਾਲਸੇ ਨੂੰ ਇੱਕ ਗੱਲ ਕਹਿੰਦਾ ਹੈ, ਸਿੰਘ ਖੜਾਏ ਆਪਣੇ ਪਾਸ। ਕੌੜਾ ਮੱਲ ਕਹਿੰਦਾ ਖਾਲਸਾ ਜੀ ਹੁਣ ਤੁਹਾਡਾ ਹੀ ਭਰੋਸਾ ਹੈ, ਫੌਜਾਂ ਬੇਈਮਾਨ ਹੋ ਗਈਆਂ ਹਨ ਤੇ ਸ਼ਾਹ ਨਵਾਜ ਨੇ ਮੈਨੂੰ ਵੰਗਾਰ ਦਿੱਤਾ ਹੈ, ਹੁਣ ਮੈਂ ਤੁਹਾਡੇ ਭਰੋਸੇ ਤੇ ਰਹਿ ਗਿਆ ਹਾਂ, ਤੁਸੀਂ ਮੇਰੀ ਹੁਣ ਜਿਹੜੀ ਉਹ ਪੂਰੀ ਮਦਦ ਕਰ ਦਵੋ। ਤਬੇ ਨਵਾਜ ਨੇ ਕੀਓ ਜ਼ੋਰ। ਤਾਂ ਕੌੜਾ ਮੱਲ ਦੇ ਵੱਲ ਸ਼ਾਹ ਨਵਾਜ ਨੇ ਜ਼ੋਰ ਦੇ ਨਾਲ ਅੱਗੇ ਨੂੰ ਆਇਆ ਫੌਜ ਲੈ ਕੇ ਕਿ ਹੁਣ ਕੌੜਾ ਮੱਲ ਨੂੰ ਮਾਰ ਦਿੱਤਾ ਜਾਵੇ। ਸਹੁ ਘੋੜਾ ਮੱਲ ਘੋੜੇ ਤੋਰ। ਤਾਂ ਆਹਮੋ ਸਾਹਮਣੇ ਹੋ ਕੇ ਕੌੜਾ ਮੱਲ ਨੂੰ ਸ਼ਾਹ ਨਵਾਜ ਉਹ ਵੰਗਾਰਦਾ ਹੈ, ਅਬ ਹੈ ਖਾਲਸੇ ਜੀ ਕੋ ਵੇਲਾ। ਤੇ ਕੌੜਾ ਮੱਲ ਕਹਿੰਦਾ ਖਾਲਸਾ ਜੀ ਹੁਣ ਤੁਹਾਡਾ ਹੀ ਵੇਲਾ ਹੈ, ਤੁਹਾਡਾ ਹੀ ਹੁਣ ਸਮਾਂ ਹੈ, ਹੁਣ ਜਿਹੜੀ ਬਾਜੀ ਸਾਰੀ ਤੁਹਾਡੇ ਹੱਥਾਂ ਦੇ ਵਿੱਚ ਹੀ ਰਹਿ ਗਈ ਹੈ। ਕਰ ਆਇਓ ਹਮ ਪਰ ਵਹਿ ਵੇਲਾ, ਕਿਉਂਕਿ ਸ਼ਾਹ ਨਵਾਜ ਹੁਣ ਮੇਰੇ ਤੇ ਹਮਲਾ ਕਰਨ ਵਾਸਤੇ ਆ ਗਿਆ ਹੈ। ਸਿੰਘ ਕਰਿਓ ਕਛ ਗਮ ਕਰ ਨਾਹੀ। ਸਿੰਘ ਕਹਿਣ ਲੱਗੇ ਕੌੜਾ ਮੱਲ ਤੇਰੀ ਮਦਦ ਕਰਨ ਵਾਸਤੇ ਆਇਆ, ਤੈਨੂੰ ਬਚਣ ਦਿੱਤਾ ਹੈ, ਤੇਰੀ ਮਦਦ ਜ਼ਰੂਰ ਅਸੀਂ ਕਰਾਂਗੇ, ਤੂੰ ਕਿਸੇ ਪ੍ਰਕਾਰ ਦਾ ਗਮ ਫਿਕਰ ਝੋਰਾ ਨਾ ਆਪਣੇ ਮਨ ਵਿੱਚ ਲੈ ਕੇ ਆ, ਅਸੀਂ ਤੇਰੀ ਪੂਰੀ ਦੀ ਪੂਰੀ ਮਦਦ ਕਰਕੇ ਤੈਨੂੰ ਹੀ ਜਿਤਵਾਵਾਂਗੇ। ਨਜ਼ਦੀਕ ਆਵੇ ਹਮ ਦੇਈ ਬਤਾਈ। ਬਸ ਤੂੰ ਜਦੋਂ ਲਾਗੇ ਆ ਗਿਆ ਸ਼ਾਹ ਨਵਾਜ ਉਦੋਂ ਮਾੜਾ ਸਾਨੂੰ ਦੱਸ ਦੇਈ, ਮੁੜ ਕੇ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ। ਹਮ ਆਗੇ ਹੋ ਖਲੇ ਤਿਆਰ, ਤੇ ਅਸੀਂ ਤੇਰੇ ਅੱਗੇ ਹੋ ਕੇ ਤਿਆਰ ਬਰ ਤਿਆਰ ਹੋਵਾਂਗੇ ਤੇ ਸ਼ਾਹ ਨਵਾਜ ਨੂੰ ਤੇਰੇ ਸਾਹਮਣੇ ਸੋਧਾ ਲਾ ਦਵਾਂਗੇ। ਲੇਵੇਂਗੇ ਉਸ ਤੁਰਤੇ ਮਾਰ, ਤੇ ਉਹਨੂੰ ਤੁਰੰਤ ਹੀ ਮਾਰ ਦਵਾਂਗੇ, ਖਤਮ ਕਰ ਦਵਾਂਗੇ। ਕੌਲੋ ਆਏ ਨਵਾਜੇ ਕਹਿਓ ਕੌੜੇ ਨਿਮਕ ਹਰਾਮ। ਜਦੋਂ ਦੋਵੇਂ ਧਿਰਾਂ ਦੇ ਜਰਨੈਲ ਕੌੜਾ ਮੱਲ ਤੇ ਸ਼ਾਹ ਨਵਾਜ ਆਹਮੋ ਸਾਹਮਣੇ ਹੋਏ ਤੇ ਸ਼ਾਹ ਨਵਾਜ ਕੌੜਾ ਮੱਲ ਨੂੰ ਕਹਿੰਦਾ ਨਮਕ ਹਰਾਮ, ਕੌੜਾ ਮੱਲ ਧਿਆਨ ਦੇ ਨਾਲ ਮੇਰੀ ਹੁਣ ਗੱਲ ਸੁਣ, ਕਿਉਂਕਿ ਕੌੜਾ ਮੱਲ ਜਿਹੜਾ ਸੀ ਉਹ ਪਹਿਲਾਂ ਸ਼ਾਹ ਨਵਾਜ ਦਾ ਵੀ ਉਹ ਨਵਾਬ ਵਜ਼ੀਰ ਰਹਿ ਚੁੱਕਿਆ, ਦੀਵਾਨ ਰਹਿ ਚੁੱਕਿਆ ਹੈ, ਪਰ ਸ਼ਾਹ ਨਵਾਜ ਸਿੱਖਾਂ ਨਾਲ ਬੇਈਮਾਨੀ ਕਰਦਾ ਸੀ ਤੇ ਕੌੜਾ ਮੱਲ ਨੂੰ ਇਹ ਚੰਗਾ ਨਹੀਂ ਸੀ ਲੱਗਦਾ। ਪਰ ਜਦੋਂ ਮੀਰ ਮੰਨੂ ਨੇ ਸ਼ਾਹ ਨਵਾਜ ਨੂੰ ਕੱਢ ਦਿੱਤਾ ਸੀ ਤੇ ਕੌੜਾ ਮੱਲ ਜਿਹੜਾ ਸੀ ਉਹ ਸ਼ਾਹ ਨਵਾਜ ਨੂੰ ਛੱਡ ਕੇ ਮੀਰ ਮੰਨੂ ਦਾ ਵਜ਼ੀਰ ਬਣ ਬੈਠਾ ਸੀ, ਜਿਸ ਕਰਕੇ ਕੌੜਾ ਮੱਲ ਨੂੰ ਕਹਿੰਦਾ ਹੈ ਨਰਕ ਹਰਾਮ, ਨਮਕ ਹਰਾਮ, ਤੂੰ ਮੇਰੀ ਥਾਲੀ ਚ ਖਾ ਕੇ ਮੇਰੀ ਥਾਲੀ ਵਿੱਚ ਛੇਕ ਕੀਤਾ ਹੈ। ਪਰ ਜਿਹੜਾ ਕੌੜਾ ਮੱਲ ਸੀ ਉਹ ਅੱਗੇ ਜਵਾਬ ਦਿੰਦਾ ਹੈ ਨਮਕ ਹਰਾਮ ਮੈਂ ਨਹੀਂ, ਨਮਕ ਹਰਾਮ ਤੂੰ ਆ ਜਿਹਨੇ ਲੋਕਾਂ ਤੇ ਅਤਿਆਚਾਰ ਕੀਤਾ, ਲੋਕਾਂ ਨੂੰ ਮਾਰਿਆ, ਲੋਕਾਂ ਤੇ ਜ਼ੁਲਮ ਢਾਇਆ ਹੈ। ਇਹ ਜਿਹੜਾ ਬਚਨ ਹੈ ਕੌੜਾ ਮੱਲ ਨੇ ਵੀ ਜਵਾਬ ਦਿੱਤਾ ਤੇ ਅੱਗੇ ਉਹ ਸ਼ਾਹ ਨਵਾਜ ਕੌੜਾ ਮੱਲ ਜੀ ਨੂੰ ਵੰਗਾਰ ਕੇ ਕਹਿੰਦਾ ਹੈ ਅਖੇ ਤਾਂ ਸ਼ਸਤਰ ਸੰਭਾਲ ਤੂੰ, ਅਖੇ ਤਾਂ ਤੁਰਕ ਸਲਾਮ,
ਕੌੜਾ ਮੱਲ ਨੂੰ ਸ਼ਾਨ ਮਾਰ ਕਹਿੰਦਾ ਹੈ, ਕੌੜਾ ਮੱਲ ਤੂੰ ਮੇਰਾ ਨੌਕਰ ਰਹਿ ਚੁੱਕਿਆ, ਮੇਰੀ ਨੌਕਰੀ ਕੀਤੀ, ਮੈਂ ਤੈਨੂੰ ਫਿਰ ਵੀ ਮੌਕਾ ਦਿੰਦਾ ਹਾਂ, ਤੈਨੂੰ ਮੈਂ ਮੌਕਾ ਦੇ ਦਿੰਦਾ ਹਾਂ ਜ਼ਿੰਦਗੀ ਜੀਣ ਦਾ, ਐਵੇਂ ਨਜਾਇਜ਼ ਮੇਰੇ ਹੱਥੋਂ ਮਰਨਾ ਜਾ, ਤੈਨੂੰ ਮੌਕਾ ਇਹ ਦਿੰਦਾ ਵਾ ਕਿ ਤੂੰ ਚੁੱਪ ਕਰਕੇ ਇਸਲਾਮ ਧਰਮ ਨੂੰ ਸਲਾਮ ਕਰ ਦੇ, ਇਸਲਾਮ ਧਰਮ ਦੇ ਵਿੱਚ ਆ ਜਾ, ਮੈਨੂੰ ਸਲਾਮ ਕਰ ਦੇ ਤਾਂ ਮੈਂ ਤੇਰੀ ਜਾਨ ਬਖਸ਼ ਦੇਵਾਂਗਾ, ਵਰਨਾ ਜਾਂ ਫਿਰ ਸ਼ਸਤਰ ਸੰਭਾਲ ਕੇ ਮੇਰੇ ਸਾਹਮਣੇ ਆ ਜਾ, ਮੇਰਾ ਵਾਰ ਰੋਕਣ ਵਾਸਤੇ ਤਿਆਰ ਹੋ ਜਾ, ਕਿਉਂਕਿ ਜੇ ਤੇ ਵਾਰ ਰੋਕ ਲਿਆ ਠੀਕ ਹੈ, ਜੇ ਨਾ ਵਾਰ ਰੋਕਿਆ ਗਿਆ ਫਿਰ ਤੈਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ, ਤੇ ਜੇ ਤੈਨੂੰ ਜ਼ਿੰਦਗੀ ਚੰਗੀ ਲੱਗਦੀ ਹੈ, ਮਰਨਾ ਨਹੀਂ ਚਾਹੁੰਦਾ, ਤੇ ਫਿਰ ਇੱਕੋ ਤੇਰੇ ਕੋਲ ਹੱਲ ਹੈ, ਇਸਲਾਮ ਧਰਮ ਵਿੱਚ ਆ ਕੇ ਤੁਰਕ ਤਰ ਤੁਰਕ ਬਣ ਜਾ, ਤੇ ਮੈਨੂੰ ਆ ਕੇ ਸਲਾਮ ਕਰ ਦੇ, ਮੈਂ ਤੇਰੀ ਜਾਨ ਬਖਸ਼ ਦੇਵਾਂਗਾ। ਤਬ ਕੌੜਾ ਮੱਲ ਸਿੰਘਣ ਕਹਿਓ, ਅੱਗੇ ਉਹ ਫਿਰ ਕੌੜਾ ਮੱਲ ਜਿਹੜਾ ਵਾ ਜਵਾਬ ਦਿੰਦਾ ਹੈ, ਕੌੜਾ ਮੱਲ ਕਹਿੰਦਾ ਹੈ ਸ਼ਾਨਵਾਜ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਤੇਰੀ ਮੈਂ ਨੌਕਰੀ ਕੀਤੀ ਹੈ, ਪਰ ਹੁਣ ਤੇਰੀ ਨੌਕਰੀ ਮੈਂ ਛੱਡ ਦਿੱਤੀ ਹੈ, ਮੈਂ ਤੇਰਾ ਸ਼ਸਤਰ ਸੰਭਾਲਣ ਵਾਸਤੇ ਤਿਆਰ ਹਾਂ, ਤੇਰਾ ਵਾਰ ਰੋਕਣ ਵਾਸਤੇ ਵੀ ਤਿਆਰ ਹਾਂ, ਪਰ ਤੈਨੂੰ ਮੈਂ ਸਲਾਮ ਨਹੀਂ ਕਰਾਂਗਾ, ਤੇਰੇ ਧਰਮ 'ਚ ਨਹੀਂ ਆਵਾਂਗਾ, ਰਵਾਂਗਾ ਆਪਣੇ ਧਰਮ ਵਿੱਚ ਹੀ। ਚਮਕੌੜਾ ਮੱਲ ਨੇ ਏਦਾਂ ਜਵਾਬ ਦਿੱਤਾ, ਤੇ ਜਿਹੜੀ ਗੱਲ ਸਿੱਖਾਂ ਨੇ ਕਹੀ ਸੀ ਜਦੋਂ ਇਹ ਲਾਗੇ ਆ ਗਿਆ ਤੁਹਾਨੂੰ ਦੱਸ ਦੇਈ। ਕੌੜਾ ਮੱਲ ਨੇ ਫਿਰ ਸਿੱਖਾਂ ਨੂੰ ਕਹਿ ਦਿੱਤਾ, ਖਾਲਸਾ ਜੀ ਹੁਣ ਇਹ ਦੁਸ਼ਮਣ ਵਾਰ ਕਰਨ ਵਾਸਤੇ ਤਿਆਰ ਹੈ, ਤੁਸੀਂ ਵੀ ਜਿਹੜਾ ਤਿਆਰ ਹੋ ਕੇ ਵਾਰ ਨੂੰ ਜਿਹੜਾ ਜਵਾਬ ਦਵੋ ਅਤੇ ਮੇਰੀ ਮਦਦ ਕਰੋ। ਫਿਰ ਸਿੱਖ ਕਿਵੇਂ ਕੌੜਾ ਮੱਲ ਦੀ ਮਦਦ ਕਰਦਿਆਂ ਹੋਇਆ ਸ਼ਾਨਵਾਜ ਨੂੰ ਸੋਧਾ ਲਾਉਂਦੇ ਹਨ, ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ, ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।